ਸਾਡਾ ਜਿਹੜਾ ਰਾਮ ਮੰਦਰ ਹੈ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਬਣਨ ਜਾ ਰਿਹਾ ਵਾ। ਉੱਥੋਂ ਅਕਸ਼ਤ ਆਏ ਨੇ ਸਾਨੂੰ ਪੂਜਿਤ, ਜਿਹੜੇ ਅਸੀਂ ਘਰ ਘਰ ਪਹੁੰਚਾਉਣੇ ਨੇ ਇਹ ਆਪਣੇ ਪੂਜਾ ਸਥਾਨ 'ਤੇ ਰੱਖਣ ਵਾਸਤੇ ਸਾਰਿਆਂ ਦੇ ਨਾਲ ਇੱਕ ਨਿਮੰਤਰਣ ਪੱਤਰ ਹੈ ਜੀ ਅਤੇ ਨਾਲ ਰਾਮ ਮੰਦਰ ਦਾ ਚਿੱਤਰ ਹੈ। ਅਸੀਂ ਸਾਰਿਆਂ ਘਰਾਂ 'ਚ ਤਕਰੀਬਨ ਕੋਸ਼ਿਸ਼ ਕਰ ਰਹੇ ਹਾਂ ਕਿ ਪਹੁੰਚ ਜਾਵੇ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਰਾਮ ਮੰਦਰ ਦਾ ਨਿਰਮਾਣ ਜਿਹੜਾ ਹੋਣ ਜਾ ਰਿਹਾ। 22 ਤਰੀਕ ਨੂੰ ਅਯੋਧਿਆ ਦੇ ਵਿੱਚ ਰਾਮ ਲੱਲਾ ਦੀ ਜਿਹੜੀ ਆ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਹੈ ਅਯੋਧਿਆ ਧਾਮ 'ਚ, ਅਤੇ ਉਸ ਨੂੰ ਲੈ ਕੇ ਅਸੀਂ ਜੰਡਿਆਲਾ ਗੁਰੂ ਦੇ ਵਿੱਚ ਜਿਹੜਾ ਪ੍ਰੋਗਰਾਮ ਉਲੀਕਿਆ ਵਾ ਉਹ ਇਹ ਹੈ ਕਿ 11 ਤੋਂ ਲੈ ਕੇ 1 ਵਜੇ ਤੱਕ ਜਿਹੜਾ ਲਾਈਵ ਪ੍ਰਸਾਰਣ ਆਏਗਾ ਉਹਦੇ ਵਾਸਤੇ LED ਲਗਾਈ ਜਾਏਗੀ। ਇੱਥੋਂ ਪਹੁੰਚ ਲਾ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। 22 ਤਰੀਕ ਨੂੰ ਮੰਦਰ ਦਾ ਜਿਹੜਾ ਕਿ ਉਦਘਾਟਨ ਹੋਣ ਜਾ ਰਿਹਾ, ਉਹਦੇ ਸੰਬੰਧ ਵਿੱਚ ਸਾਡੇ ਕੋਲ ਇੱਥੇ ਵੀਰ ਆਏ ਆ ਜਿਹੜੇ ਕਿ ਸ਼੍ਰੀ ਰਾਮ ਮੰਦਰ ਜੀ ਤੋਂ ਅਕਸ਼ਤ ਲੈ ਕੇ ਆਏ ਆ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜੋ ਵੀ ਲੈ ਕੇ ਆਏ ਆ ਕਿਸ ਤਰ੍ਹਾਂ ਉਹਨਾਂ ਨੂੰ ਲੋਕਾਂ ਦੇ ਘਰਾਂ 'ਚ ਪਹੁੰਚਾਉਣ ਦਾ ਇਹਨਾਂ ਨੇ ਬੀੜਾ ਚੁੱਕਿਆ ਵਾ, ਔਰ ਜੋ ਰਾਮ ਮੰਦਰ ਜੀ ਦਾ ਨਿਰਮਾਣ ਹੋ ਰਿਹਾ ਉਹਦੇ ਸੰਬੰਧ ਵਿੱਚ ਜੰਡਿਆਲਾ ਗੁਰੂ ਦੇ ਵਿੱਚ ਕੀ ਤਿਆਰੀਆਂ ਹੋ ਰਹੀਆਂ ਇਹਨਾਂ ਇਸ ਸੰਬੰਧ ਵਿੱਚ ਇਹਨਾਂ ਨਾਲ ਮੈਂ ਗੱਲਬਾਤ ਕਰੂੰਗਾ। ਹਾਂਜੀ ਵੀਰ ਜੀ, ਕੀ ਨਾਮ ਤੁਹਾਡਾ ਜੀ? ਦਿਨੇਸ਼ ਬਜਾਜ। ਦਿਨੇਸ਼ ਜੀ, ਜਿਹੜਾ ਇਹ ਸ਼੍ਰੀ ਰਾਮ ਮੰਦਰ ਦਾ ਪ੍ਰੋਗਰਾਮ 22 ਤਰੀਕ ਨੂੰ ਹੋਣ ਜਾ ਰਿਹਾ ਉਹਦੇ ਸੰਬੰਧ ਵਿੱਚ ਅੱਜ ਤੁਸੀਂ ਕੀ ਕਰ ਰਹੇ ਜੇ? ਇਹ ਸਭ ਤੋਂ ਪਹਿਲਾਂ ਤਾਂ ਮੈਂ ਜੈ ਸ਼੍ਰੀ ਰਾਮ ਮੇਰੀ ਸਵੀਕਾਰ ਕਰੋ ਸਾਰੇ। ਸਭ ਤੋਂ ਪਹਿਲਾਂ ਤਾਂ ਅਸੀਂ ਬੜੇ ਖੁਸ਼ ਹਾਂ, ਬੜਾ ਇੱਕ ਖੁਸ਼ੀ ਦਾ ਮੌਕਾ ਵਾ ਕਿ ਸਾਡਾ ਜਿਹੜਾ ਰਾਮ ਮੰਦਰ ਹੈ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਬਣਨ ਜਾ ਰਿਹਾ ਵਾ। ਉੱਥੋਂ ਅਕਸ਼ਤ ਆਏ ਨੇ ਸਾਨੂੰ ਪੂਜਿਤ, ਜਿਹੜੇ ਅਸੀਂ ਘਰ ਘਰ ਪਹੁੰਚਾਉਣੇ ਨੇ ਇਹ ਆਪਣੇ ਪੂਜਾ ਸਥਾਨ 'ਤੇ ਰੱਖਣ ਵਾਸਤੇ ਸਾਰਿਆਂ ਦੇ ਨਾਲ ਇੱਕ ਨਿਮੰਤਰਣ ਪੱਤਰ ਹੈ ਜੀ, ਜਿਹਦੇ 'ਚ ਹੈ ਕਿ ਮਤਲਬ ਸਾਰੇ ਮੰਦਰ ਦੀ ਜਾਣਕਾਰੀ ਹੈ, ਪਲੱਸ 22 ਤਰੀਕ ਤੋਂ ਬਾਅਦ ਤੁਸੀਂ ਕਦੀ ਵੀ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਜੇ, ਅਤੇ ਨਾਲ ਰਾਮ ਮੰਦਰ ਦਾ ਚਿੱਤਰ ਹੈ। ਅਸੀਂ ਸਾਰਿਆਂ ਘਰਾਂ 'ਚ ਤਕਰੀਬਨ ਕੋਸ਼ਿਸ਼ ਕਰ ਰਹੇ ਹਾਂ ਕਿ ਪਹੁੰਚ ਜਾਵੇ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਰਾਮ ਮੰਦਰ ਦਾ ਨਿਰਮਾਣ ਜਿਹੜਾ ਹੋਣ ਜਾ ਰਿਹਾ। ਠੀਕ ਹੈ ਜੀ, ਅਤੇ ਜਿਹੜਾ 22 ਤਰੀਕ ਨੂੰ ਆਪਾਂ ਕੀ ਕਰ ਰਹੇ ਜੰਡਿਆਲਾ ਗੁਰੂ ਦੇ ਵਿੱਚ, ਕਿਸ ਤਰ੍ਹਾਂ ਦੀ ਆਪਣੀ ਤਿਆਰੀ ਹੈ? 22 ਤਰੀਕ ਨੂੰ ਅਯੋਧਿਆ ਦੇ ਵਿੱਚ ਰਾਮ ਲੱਲਾ ਦੀ ਜਿਹੜੀ ਆ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਹੈ ਅਯੋਧਿਆ ਧਾਮ 'ਚ, ਅਤੇ ਉਸ ਨੂੰ ਲੈ ਕੇ ਅਸੀਂ ਜੰਡਿਆਲਾ ਗੁਰੂ ਦੇ ਵਿੱਚ ਜਿਹੜਾ ਪ੍ਰੋਗਰਾਮ ਉਲੀਕਿਆ ਵਾ ਉਹ ਇਹ ਹੈ ਕਿ 11 ਤੋਂ ਲੈ ਕੇ 1 ਵਜੇ ਤੱਕ ਜਿਹੜਾ ਲਾਈਵ ਪ੍ਰਸਾਰਣ ਆਏਗਾ ਉਹਦੇ ਵਾਸਤੇ LED ਲਗਾਈ ਜਾਏਗੀ ਡਾਲੀਆਂ ਨੇ ਮੰਦਰ 'ਚ। ਦੂਸਰਾ, ਨਾਲ ਉੱਥੇ ਲੰਗਰ ਚੱਲੇਗਾ, ਫਿਰ ਦੁਪਹਿਰ ਨੂੰ ਸ਼ੋਭਾ ਯਾਤਰਾ ਪੂਰੇ ਜੰਡਿਆਲੇ 'ਚ ਨਿਕਲੇਗੀ, ਅਤੇ ਰਾਤ ਨੂੰ ਡਾਲੀਆਂ ਨੇ ਮੰਦਰ ਦੇ ਵਿੱਚ ਹੀ DJ ਦੇ ਨਾਲ ਆਤਿਸ਼ਬਾਜ਼ੀ ਦਾ ਪ੍ਰੋਗਰਾਮ ਵੀ ਰੱਖਿਆ ਹੋਇਆ ਜੀ। ਠੀਕ ਹੈ ਜੀ, ਸਾਡੇ ਕੋਲ ਹੋਰ ਵੀ ਵੀਰ ਖੜ੍ਹੇ, ਇਹਨਾਂ ਨਾਲ ਮੈਂ ਗੱਲਬਾਤ ਕਰੂੰਗਾ। ਹਾਂਜੀ ਵੀਰ ਜੀ, ਜਿਹੜਾ ਆਪਾਂ ਨੂੰ ਬੜੇ ਲੰਮੇ ਸੰਘਰਸ਼ ਤੋਂ ਬਾਅਦ ਰਾਮ ਮੰਦਰ ਜੀ ਆਪਾਂ ਨੂੰ ਜਿਹੜਾ ਕਿ ਮਿਲਿਆ ਵਾ, ਇਹਨਾਂ ਦਾ 22 ਤਰੀਕ ਨੂੰ ਸ਼ੁਭ ਆਰੰਭ ਹੋ ਰਿਹਾ ਇਹਨਾਂ ਦਾ, ਅਤੇ ਬੜੀ ਮਿਹਨਤ ਮੁਸ਼ੱਕਤ ਕੀਤੀ ਆਪਣੇ, ਬੜੇ ਮੁਕੱਦਮੇ ਚੱਲੇ, ਬੜਾ ਕੁਛ ਹੋਇਆ, ਅਤੇ ਅੱਜ ਆਪਾਂ ਨੂੰ ਇਹ ਸਮਰਪਿਤ ਹੋ ਰਿਹਾ, ਅਤੇ ਇਹਦੇ ਬਾਰੇ ਤੁਹਾਨੂੰ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ? ਜੈ ਸ਼੍ਰੀ ਰਾਮ। ਦੇਖੋ, 500 ਸਾਲਾਂ ਬਾਅਦ ਸ਼੍ਰੀ ਰਾਮ ਜੀ ਆਪਣੇ ਘਰ ਆ ਰਹੇ ਹੈ, ਸਾਰੇ ਦੇਸ਼ ਵਿੱਚ ਬੜਾ ਉਤਸ਼ਾਹ ਹੈਗਾ, ਅਤੇ ਜਿੱਦਾਂ ਕਿ 22 ਤਰੀਕ ਨੂੰ ਘਰ ਘਰ ਦੀਵਾਲੀ ਮਨਾਈ ਜਾਏਗੀ ਪੂਰੇ ਜੰਡਿਆਲੇ ਵਿੱਚ, ਪੂਰੇ ਪੰਜਾਬ ਵਿੱਚ, ਪੂਰੇ ਹਿੰਦੁਸਤਾਨ ਦੇ ਵਿੱਚ, ਈਵਨ ਕਿ ਜਿਹੜੇ ਆਪਣੇ ਪੂਰੇ ਭਾਰਤੀ ਹੋਰ ਦੇਸ਼ਾਂ ਵਿੱਚ ਵੀ ਰਹਿੰਦੇ ਆ, ਪੂਰੇ ਇਸ ਨੂੰ ਉਤਸਵ ਦੀ ਤਰ੍ਹਾਂ ਮਨਾਉਣਗੇ ਇਹਨੂੰ। ਇਹ ਮਤਲਬ ਬਹੁਤ ਖੁਸ਼ੀ ਦਾ ਗੱਲ ਆ ਸਾਡੇ ਸਾਰਿਆਂ ਵਾਸਤੇ। ਧੰਨਵਾਦ ਜੀ। ਹਾਂਜੀ ਸੁਧੀਰ ਜੀ, ਤੁਸੀਂ ਕੀ ਕਹਿਣਾ ਚਾਹੋਗੇ ਰਾਮ ਮੰਦਰ ਜੀ ਬਾਰੇ? ਇਹ ਬੜੀ ਖੁਸ਼ੀ ਵਾਲੀ ਗੱਲ ਹੈ ਜੀ, ਜਿਸ ਦੇ ਨਾਲ ਸਭ ਧਰਮ ਨੂੰ ਇੱਕ ਥਾਂ ਇਕੱਠੇ ਹੋ ਕੇ ਸਭ ਮਨਾਉਣਗੇ, ਔਰ 22 ਤਰੀਕ ਨੂੰ ਬੜਾ ਉਤਸ਼ਾਹ ਵਾਲਾ ਦਿਨ ਹੈ ਜੀ। ਠੀਕ ਹੈ ਜੀ, ਧੰਨਵਾਦ ਜੀ।
ਇਹ ਸਾਂਝੀ ਅਯੋਧਿਆ ਤੋਂ ਜੋ ਕਿ ਅਕਸ਼ਿਤ ਆਏ ਸੀ, ਜਿਹੜੇ ਕਿ ਸਾਡੇ ਸੇਵਾਦਾਰ ਜਿਹੜੇ ਰਾਮ ਜੀ ਦੇ ਭਗਤ ਹੈ, ਜਿਹੜੇ ਕਿ ਉਹਨਾਂ ਨੂੰ ਘਰ ਘਰ ਪਹੁੰਚਾ ਰਹੇ ਆ, ਅਤੇ ਬੜੀ ਇਹਨਾਂ ਨੇ ਬੜੀ ਖੁਸ਼ੀ ਜ਼ਾਹਰ ਕੀਤੀ ਹੈ ਕਿ ਸਾਨੂੰ ਬੜੇ ਲੰਮੇ ਸੰਘਰਸ਼ ਤੋਂ ਬਾਅਦ 500 ਸਾਲ ਤੋਂ ਬਾਅਦ ਸਾਨੂੰ ਜਿਹੜਾ ਕਿ ਇਹ ਰਾਮ ਮੰਦਰ ਜਿਹੜਾ ਨਸੀਬ ਹੋਇਆ ਵਾ। ਔਰ ਉਹਦੇ ਸੰਬੰਧ ਵਿੱਚ ਇਹਨਾਂ ਨੇ ਦੱਸਿਆ ਕਿ ਜੰਡਿਆਲਾ ਗੁਰੂ ਦੇ ਵਿੱਚ ਕਿਸ ਤਰ੍ਹਾਂ ਦੇ ਇਹਨਾਂ ਦੀਆਂ ਤਿਆਰੀਆਂ ਵਾ, ਕਿਸ ਤਰ੍ਹਾਂ ਇਹਨਾਂ ਨੇ ਜੋ ਵੀ ਸ਼ੋਭਾ ਯਾਤਰਾ ਨਿਕਲੂਗੀ ਜਾਂ ਮੰਦਰ ਦੇ ਵਿੱਚ ਜੋ ਵੀ ਇਹਨਾਂ ਨੇ ਪ੍ਰੋਗਰਾਮ ਕੀਤੇ ਸਾਰੇ ਬਾਰੇ ਇਹਨਾਂ ਨੇ ਜਾਣਕਾਰੀ ਦਿੱਤੀ ਹੈ। ਮੈਂ ਜੰਡਿਆਲਾ ਗੁਰੂ ਤੋਂ ਜਸਪਾਲ ਸ਼ਰਮਾ, ਦਸ ਅਮਨ ਨਿਊਜ਼।